ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਆਪਾਂ ਅੱਜ ਤੁਹਾਡੇ ਲਈ ਜਿਸ ਪੰਜਾਬੀ ਸਿਤਾਰੇ, ਪੰਜਾਬੀ ਕਲਾਕਾਰ ਤੇ ਐਕਟਰ ਦੀ ਬਾਇਓਗ੍ਰਾਫੀ ਅੱਜ ਲੈ ਕੇ ਆਏ ਹਾਂ, ਉਹ ਬਹੁਤ ਹੀ ਸੁਰੀਲਾ ਗਾਉਂਦੇ ਆ, ਕਿਉਂਕਿ ਉਹਨਾਂ ਨੂੰ ਜਿਹੜਾ ਸੰਗੀਤ ਆ ਆਪਣੀ ਵਿਰਾਸਤ ਵਿੱਚੋਂ ਮਿਲਿਆ। ਉਹਨਾਂ ਦੇ ਫਾਦਰ ਸਾਹਿਬ ਆ ਜਿਹੜੇ, ਉਹ ਪੰਜਾਬ ਦੇ ਤੇ ਪੰਜਾਬੀ ਮਾਂ ਬੋਲੀ ਦੇ ਮੰਨੇ ਪ੍ਰਮੰਨੇ ਗਾਇਕ ਨੇ। ਦੋਸਤੋ, ਉਹਨਾਂ ਨੇ ਆਪਣਾ ਜਿਹੜਾ ਪਹਿਲੀ ਮੂਵੀ 'ਚ ਕੰਮ ਕੀਤਾ ਸੀ ਯਾਰ ਅਣਮੁੱਲੇ, ਤੇ ਬਾਈ ਦਾ ਕਰੈਕਟਰ ਇੱਕ ਸ਼ਰੀਫ ਮੁੰਡੇ ਦਾ ਸੀ, ਬਹੁਤ ਸੋਹਣਾ ਕਰੈਕਟਰ ਸੀ। ਹਾਂਜੀ, ਮੇਰੀ ਮੁਰਾਦ ਹੈ ਲੱਖਾਂ ਦਿਲਾਂ ਦੀ ਧੜਕਨ, ਯੁਵਰਾਜ ਹੰਸ, ਜੋ ਕਿ ਹੰਸ ਰਾਜ ਹੰਸ ਜੀ ਦੇ ਸਪੁੱਤਰ ਨੇ। ਸੋ ਦੋਸਤੋ, ਆਪਾਂ ਅੱਜ ਉਹਨਾਂ ਦੀ ਬਾਇਓਗ੍ਰਾਫੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਪੂਰੀ ਉਹਨਾਂ ਦੀ ਲਾਈਫ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ, ਉਹਨਾਂ ਦੀ ਫੈਮਿਲੀ ਵਿੱਚ ਕੌਣ ਕੌਣ ਆ, ਉਹਨਾਂ ਨੇ ਮਿਊਜ਼ਿਕ ਵਿੱਚ ਆਉਣ ਲਈ ਕੀ ਸੰਘਰਸ਼ ਕੀਤਾ, ਸਾਰੇ ਹੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ, ਤਾਂ ਪਲੀਜ਼ ਮੇਰੀ ਰਿਕੁਐਸਟ ਆ ਕਿ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰੋ ਅਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਇਸ ਤੋਂ ਬਿਨਾਂ ਆਪਣਾ ਫੇਸਬੁੱਕ 'ਤੇ ਬੋਲੀ ਹੌਲੀ ਬਾਬਾ ਦੇ ਨਾਮ ਦਾ ਪੇਜ ਬਣਿਆ, ਪਲੀਜ਼ ਉਹਨੂੰ ਵੀ ਜ਼ਰੂਰ ਲਾਈਕ ਕਰ ਲਿਓ। ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣਾ ਅਕਾਊਂਟ ਆ, ਉਹਨੂੰ ਵੀ ਫੋਲੋ ਕਰਨਾ ਨਾ ਭੁੱਲਿਓ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਹੁਣ ਆਪਾਂ ਯੁਵਰਾਜ ਹੰਸ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਯੁਵਰਾਜ ਹੰਸ ਦਾ ਜਨਮ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਹੰਸ ਰਾਜ ਹੰਸ ਦੇ ਘਰ ਜ਼ਿਲ੍ਹਾ ਜਲੰਧਰ ਪੰਜਾਬ ਵਿਖੇ ਹੋਇਆ। ਉਹਨਾਂ ਨੂੰ ਜੋ ਗਾਇਕੀ ਦੇ ਗੁਣ ਨੇ ਉਹ ਬਚਪਨ ਤੋਂ ਹੀ ਉਹਨਾਂ ਨੇ ਸਿੱਖਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਆਪਣੇ ਪਿਤਾ ਜੀ ਤੋਂ ਬਹੁਤ ਜ਼ਿਆਦਾ ਮਿਊਜ਼ਿਕ ਦੀ ਤਾਲੀਮ ਲਈ, ਸਿੱਖਿਆ ਲਈ, ਜਿਸ ਕਰਕੇ ਉਹਨਾਂ ਦੀ ਗਾਇਕੀ ਵਿੱਚ ਆਪਾਂ ਜੋ ਨਿਖਾਰ ਆ ਉਹ ਵੇਖ ਸਕਦੇ ਹਾਂ। ਇਸ ਤੋਂ ਬਿਨਾਂ ਦੋਸਤੋ, ਉਹਨਾਂ ਦੇ ਬ੍ਰਦਰ ਆ ਜਿਹੜੇ ਨਵਰਾਜ ਹੰਸ, ਉਹ ਵੀ ਸਿੰਗਰ ਨੇ ਅਤੇ ਉਹ ਐਜ਼ ਏ ਐਕਟਰ ਵੀ ਕੰਮ ਕਰ ਰਹੇ ਆ। ਅਤੇ ਦੋਸਤੋ, ਜੇ ਆਪਾਂ ਉਹਨਾਂ ਦੇ ਮੈਰਿਟਲ ਸਟੇਟਸ ਦੀ ਗੱਲ ਕਰੀਏ, ਵੈਸੇ ਤਾਂ ਉਹਨਾਂ ਦੀ ਹਜੇ ਤੱਕ ਮੈਰਿਜ ਨਹੀਂ ਹੋਈ, ਪਰ ਉਹਨਾਂ ਦੀ ਫੈਬਰੀ 2017 ਵਿੱਚ ਮਾਨਸੀ ਸ਼ਰਮਾ ਨਾਲ, ਜਿੱਥੋਂ ਤੱਕ ਵੀ ਸੁਣ ਆਇਆ ਕਿ ਉਹਨਾਂ ਦੀ ਅੰਗੇਜਮੈਂਟ ਹੋ ਚੁੱਕੀ ਆ। ਸੋ ਉਹਨਾਂ ਦੀ ਮੈਰਿਜ ਜਲਦੀ ਹੋਣ ਦੇ ਆਸਾਰ ਵੀ ਆ। ਅਤੇ ਦੋਸਤੋ, ਉਹ 2011 ਤੋਂ ਲੈ ਕੇ ਇਸ ਇੰਡਸਟਰੀ ਵਿੱਚ, ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਵਿੱਚ ਉਹਨਾਂ ਨੇ ਐਂਟਰੀ ਕੀਤੀ ਆ। ਦੋਸਤੋ, ਉਹਨਾਂ ਦੀ ਜਿਹੜੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਪਹਿਲੀ ਫਿਲਮ ਆਈ ਸੀ ਯਾਰ ਅਣਮੁੱਲੇ, ਅਤੇ ਉਹ ਫਿਲਮ ਸੁਪਰ ਡੁਪਰ ਹਿੱਟ ਰਹੀ। ਇਸ ਵਿੱਚ ਬਾਈ ਦਾ ਇੱਕ ਇੰਟੈਲੀਜੈਂਟ ਮੁੰਡੇ ਦਾ ਜਿਹੜਾ ਕਰੈਕਟਰ ਸੀਗਾ, ਬਹੁਤ ਸ਼ਰਮੀਲਾ ਹੁੰਦਾ, ਉਹ ਬਹੁਤ ਵਧੀਆ ਫਿਲਮ ਸੀ ਉਹ, ਅਤੇ ਇਸ ਫਿਲਮ ਕਰਕੇ ਬਾਈ ਨੂੰ ਅਵਾਰਡ ਵੀ ਮਿਲਿਆ ਸੀਗਾ। ਉਸ ਤੋਂ ਬਾਅਦ ਉਹਨਾਂ ਦੀ 2012 ਵਿੱਚ ਬੁਰਾ ਮੂਵੀ ਆਈ ਸੀਗੀ, ਜਿਹੜਾ ਜਿਸ ਵਿੱਚ ਉਹਨਾਂ ਨੇ ਹਰੀਸ਼ ਵਰਮਾ ਨਾਲ ਕੰਮ ਕੀਤਾ। ਫਿਰ 2013 'ਚ ਵਿਆਹ 70 ਕਿਲੋਮੀਟਰ ਅਤੇ ਜੰਗ ਮਲੰਗ ਆਈ। ਫਿਰ 2014 'ਚ ਮਿਸਟਰ ਐਂਡ ਮਿਸਿਸ 420 ਸੁਪਰ ਡੁਪਰ ਹਿੱਟ ਮੂਵੀ ਰਹੀ ਸੀ, ਦਰਸ਼ਕਾਂ ਨੇ ਇਸ ਮੂਵੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ। ਫਿਰ ਪ੍ਰੋਪਰ ਪਟੋਲਾ, ਇਸ ਤੋਂ ਬਾਅਦ ਉਹਨੇ 2015 ਵਿੱਚ ਆਈ ਯਾਰਾਨਾ ਅਤੇ ਮੁੰਡੇ ਕਮਾਲ ਦੇ। ਫਿਰ 2016 ਵਿੱਚ ਕੈਨੇਡਾ ਦੀ ਫਲਾਈਟ ਅਤੇ ਬਾਈ ਦੀ ਜਿਹੜੀ ਇੱਕ ਮੂਵੀ 2017 ਵਿੱਚ ਆ ਰਹੀ ਆ, ਦਿਲ ਚੋਰੀ ਸਾਡਾ ਹੋ ਗਿਆ। ਮੈਨੂੰ ਉਮੀਦ ਆ ਕਿ ਇਹ ਫਿਲਮ ਵੀ ਬਹੁਤ ਜ਼ਿਆਦਾ ਵਧੀਆ ਹੋਊਗੀ। ਦੋਸਤੋ, ਉਹਨਾਂ ਦੀ ਜਿਹੜੀ ਫਸਟ ਐਲਬਮ ਆ ਜਾਂ ਡੈਬਿਊਟ ਐਲਬਮ ਆਈ ਸੀ 23 ਦਸੰਬਰ 2015 ਨੂੰ ਰਿਲੀਜ਼ ਹੋਈ ਸੀ, ਅਤੇ ਉਸ ਐਲਬਮ ਦਾ ਨਾਮ ਸੀ ਯੁਵਰਾਜ। ਅਤੇ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਐਲਬਮ ਨੂੰ ਦਰਸ਼ਕਾਂ ਨੇ ਵਧੀਆ ਪਿਆਰ ਦਿੱਤਾ ਸੀ। ਫਿਰ ਉਹਨਾਂ ਦਾ ਜਿਹੜਾ ਇੱਕ ਸੌਂਗ ਆ ਪਾਣੀ, ਬਹੁਤ ਜ਼ਿਆਦਾ ਸੁਪਰ ਡੁਪਰ ਹਿੱਟ ਹੋਇਆ ਸੀ ਉਹ ਗਾਣਾ, ਅੱਜ ਕੱਲ੍ਹ ਵੀ ਲਗਭਗ ਹਰ ਬੰਦੇ ਨੂੰ ਉਹ ਗਾਣਾ ਯਾਦ ਹੋਊਗਾ। ਇਸ ਤੋਂ ਬਿਨਾਂ ਤੇਰੇ ਨੈਣਾ, ਜਿਹੜਾ ਕਿ ਪਿੰਕੀ ਮੋਗੇ ਵਾਲੀ ਫਿਲਮ ਸੀ ਜਿਹੜੀ, ਉਸ ਵਿੱਚ ਗਾਣਾ ਫੀਚਰਡ ਹੋਇਆ ਸੀ, ਅਤੇ ਇਹ ਗਾਣਾ ਵੀ ਬੱਚੇ ਬੱਚੇ ਦੀ ਜ਼ੁਬਾਨ 'ਤੇ ਆ। ਇਸ ਤੋਂ ਬਿਨਾਂ ਵੀ ਯੁਵਰਾਜ ਹੰਸ ਦੇ ਬਹੁਤ ਸਾਰੀਆਂ ਫਿਲਮਾਂ ਵਿੱਚ ਗਾਣੇ ਫੀਚਰਡ ਹੋਏ, ਅਤੇ ਦਰਸ਼ਕਾਂ ਨੇ ਉਹਨਾਂ ਗਾਣਿਆਂ ਨੂੰ ਬਹੁਤ ਜ਼ਿਆਦਾ ਸਲਾਹਿਆ ਪਿਆਰ ਦਿੱਤਾ। ਅਤੇ ਦੋਸਤੋ, ਹੋਰ ਵੀ ਆਪਾਂ ਦੇਖੀਏ ਤਾਂ ਉਹਨਾਂ ਦੀ ਜਿਹੜੀ ਗਾਇਕੀ ਦਾ ਇੱਕ ਢੰਗ ਹੈ, ਉਹ ਬਹੁਤ ਹੀ ਸੁਰੀਲਾ ਗਾਉਂਦੇ ਆ। ਫਿਰ ਉਹਨਾਂ ਦੀ ਆਪਾਂ ਐਕਟਿੰਗ ਦੀ ਗੱਲ ਕਰੀਏ ਤਾਂ ਉਹਨਾਂ ਦੀ ਐਕਟਿੰਗ ਇੱਕ ਨੈਚੁਰਲ ਆ, ਉਹ ਬਹੁਤ ਹੀ ਵਧੀਆ ਢੰਗ ਨਾਲ ਆਪਣਾ ਕਰੈਕਟਰ ਹਰੇਕ ਮੂਵੀ ਵਿੱਚ ਪਲੇ ਕਰਦੇ, ਜਿਹੜੇ ਦਰਸ਼ਕ ਉਸ ਕਰੈਕਟਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਸੋ ਦੋਸਤੋ, ਆਪਾਂ ਤਾਂ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰਾਂਗੇ ਕਿ ਯੁਵਰਾਜ ਹੰਸ ਜੀ ਇਸੇ ਤਰ੍ਹਾਂ ਹੀ ਵਧੀਆ ਵਧੀਆ ਗੀਤਾਂ ਨਾਲ, ਵਧੀਆ ਵਧੀਆ ਫਿਲਮਾਂ ਨਾਲ ਸਾਡੀ ਸਾਰਿਆਂ ਦਾ, ਸਾਡਾ ਸਾਰਿਆਂ ਦਾ ਮਨੋਰੰਜਨ ਕਰਦੇ ਰਹਿਣ, ਅਤੇ ਪੰਜਾਬੀ ਮਾਂ ਬੋਲੀ ਦੀ ਆਪਣੇ ਵਧੀਆ ਗੀਤਾਂ ਨਾਲ ਸੇਵਾ ਕਰਦੇ ਰਹਿਣ। ਸੋ ਇੰਨੇ ਸ਼ਬਦਾਂ ਨਾਲ ਤੁਹਾਡਾ ਦੋਸਤ ਜਗਮੀਤ ਬਰਾੜ ਤੁਹਾਡੇ ਤੋਂ ਲੈਂਦਾ ਹੈ ਵਿਦਾ, ਅਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅੱਗੇ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ। ਜੇ ਤੁਹਾਡੀ ਕੋਈ ਫਰਮਾਇਸ਼ ਆ
ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਇਸ ਵੀਡੀਓ ਦੇ ਨੀਚੇ। ਇਸ ਤੋਂ ਬਿਨਾਂ ਆਪਣਾ ਬੌਲੀ ਹੌਲੀ ਬਾਬਾ ਦੇ ਨਾਮ ਦਾ ਪੇਜ ਬਣਿਆ, ਤੁਸੀਂ ਮੈਨੂੰ ਉੱਥੇ ਮੈਸੇਜ ਕਰਕੇ ਵੀ ਆਪਣਾ ਜੋ ਫਰਮਾਇਸ਼ ਆ ਉਹ ਦੱਸ ਸਕਦੇ ਹੋ ਅਤੇ ਆਪਾਂ ਥੋੜ੍ਹਾ ਜਲਦੀ ਰਿਪਲਾਈ ਕਰਾਂਗੇ। ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣਾ ਅਕਾਊਂਟ ਆ ਦੋਸਤੋ, ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ। ਸੋ ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਸਤਿ ਸ਼੍ਰੀ ਅਕਾਲ ਜੀ।